ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਡਿਸ਼ਨ ਤੁਸੀਂ ਦੇਖ ਰਹੇ ਹੋ ਅਤੇ ਮੈਂ ਯੋਗੇਸ਼ ਗੁਰਮਾ। ਸੋ ਅੱਜ ਇੱਕ ਨਵੀਂ ਫਿਲਮ ਅਨਾਊਂਸ ਹੋਈ ਹੈ ਜੀ, ਅਤੇ ਫਿਲਮ ਦਾ ਨਾਂ ਹੈ ਜੀ ਜ਼ਿੰਦਗੀ ਜ਼ਿੰਦਾਬਾਦ। ਅਤੇ ਇਸ ਫਿਲਮ ਨੂੰ ਲਿਖਿਆ ਹੈ ਜੀ, ਜਾਂ ਕਹਿ ਲਓ ਇਸ ਫਿਲਮ ਦੇ ਵਿੱਚ ਜੋ ਕਹਾਣੀ ਦਿਖਾਈ ਜਾਣੀ ਹੈ ਸਾਨੂੰ, ਉਹ ਹੈਗੀ ਹੈ ਮਿੰਟੂ ਗੁਰੂਸਰੀਆ ਭਾਅ ਜੀ ਦੀ, ਜੋ ਕਿ ਤੁਸੀਂ ਸਾਰੇ ਜਾਣਦੇ ਹੋ। ਪਹਿਲਾਂ ਡਾਕੂਆਂ ਦਾ ਮੁੰਡਾ ਦੇਖ ਚੁੱਕੇ ਹਾਂ ਅਤੇ ਹੁਣ ਜ਼ਿੰਦਗੀ ਜ਼ਿੰਦਾਬਾਦ, ਜਿਹਦੇ ਵਿੱਚ ਨਜ਼ਰ ਆਉਣਗੇ ਨਿੰਜਾ ਅਤੇ ਮੈਂਡੀ ਤੱਖਰ ਅਤੇ ਹੋਰ ਵੀ ਕਈ ਪੰਜਾਬੀ ਕਲਾਕਾਰ ਨਜ਼ਰ ਆਉਣਗੇ। ਇਸ ਫਿਲਮ ਦੇ ਵਿੱਚ ਹੀ ਵਿੱਚ ਵੀ ਇੱਕ ਨਸ਼ੇ ਦਾ ਕਹਿ ਲਓ ਕਿ ਕੋਨਸੈਪਟ ਦਿਖਾਇਆ ਜਾਣਾ ਕਿ ਕਿਵੇਂ ਨਸ਼ਾ ਘਰਾਂ ਨੂੰ ਬਰਬਾਦ ਕਰਦਾ, ਕਿਵੇਂ ਲੱਗਦਾ, ਕਾਰਨ ਕੀ ਬਣਦੇ ਨੇ, ਉਹਨਾਂ ਕਾਰਨਾਂ 'ਤੇ ਇਹਨਾਂ ਨੇ ਕਹਾਣੀ ਲਿਖੀ ਹੈ ਅਤੇ ਉਹੀ ਕਾਰਨ ਆਪਾਂ ਹੁਣ ਇਹਨਾਂ ਨਾਲ ਡਿਸਕਸ ਕਰਾਂਗੇ। ਭਾਅ ਜੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਇੱਕ ਹੋਰ ਮੂਵੀ ਇਸ ਕੋਨਸੈਪਟ 'ਤੇ ਤੁਸੀਂ ਲੈ ਕੇ ਆਏ ਹੋ, ਜਦੋਂ ਡਾਕੂਆਂ ਦਾ ਮੁੰਡਾ ਤੁਸੀਂ ਲਿਖ ਲਈ ਤੀ ਉਹਦੇ, ਉਹ ਤੁਹਾਡੀ ਜ਼ਿੰਦਗੀ 'ਤੇ ਆਧਾਰਿਤ ਸੀ, ਤੁਹਾਨੂੰ ਇਹ ਲੱਗਿਆ ਵੀ ਕੁਝ ਫੈਕਟਰ ਰਹਿ ਗਏ, ਇਸ ਕਰਕੇ ਜਿਹੜੇ ਫੈਕਟਰ ਰਹਿ ਗਏ ਮੈਂ ਦੱਸਣਾ ਚਾਹੁੰਦਾ ਸੀ ਉਹ ਇਹਦੇ ਵਿੱਚ ਦੱਸ ਸਕਾਂ? ਨਹੀਂ ਦੇਖੋ, ਮੈਂ ਕਿਤਾਬ ਜਿਹੜੀ ਆ ਉਹ ਵੀ ਇਸੇ ਕਰਕੇ ਲਿਖੀ ਹੈ ਸੂਲਾਂ, ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ 120 ਪੰਨਿਆਂ 'ਤੇ ਨਹੀਂ ਲਿਖ ਸਕਦੇ, 20 ਸਾਲ ਦੀ ਜਰਨੀ ਹੈ ਜਿਹੜੀ ਉਹ ਤੁਸੀਂ ਇੱਕ 120 ਪੰਨਿਆਂ ਦੀ ਕਿਤਾਬ 'ਤੇ ਨਹੀਂ ਸਮੇਟ ਸਕਦੇ। ਬਿਲਕੁਲ, ਉੱਦਾਂ ਹੀ ਇੱਕ ਬੰਦੇ ਦੇ ਨਾਲ ਜਿਹਦੇ ਨਾਲ ਸੈਂਕੜੇ ਉਹਦੇ ਸਾਥੀ ਰਹੇ ਆ, ਹਜ਼ਾਰਾਂ ਉਹਦੇ ਜਾਣ ਪਛਾਣ ਵਾਲੇ ਲੋਕ ਰਹੇ ਆ, ਉਹਨੂੰ ਤੁਸੀਂ 2-2.5 ਘੰਟਿਆਂ 'ਚ ਨਹੀਂ ਸਮੇਟ ਸਕਦੇ। ਸੋ ਦੂਜੀ ਚੀਜ਼ ਜਿਹੜੀ ਆ, ਮੈਂ ਵਾਰ ਵਾਰ ਇਹ ਗੱਲ ਸਾਫ਼ ਕਰ ਦੇਵਾਂ ਕਿ ਇਹ ਅਸਲ ਦੇ ਵਿੱਚ ਮੇਰੀ ਇਕੱਲੇ ਦੀ ਨਹੀਂ ਹੈ ਕਹਾਣੀ। ਸਭ ਤੋਂ ਵੱਡੀ ਗੱਲ ਆ ਕਿ ਇਹ ਬਾਇਓਪਿਕ ਨਹੀਂ ਹੈ, ਕਿਸੇ ਦੀ ਬਾਇਓਪਿਕ ਨਹੀਂ ਕਹਿ ਸਕਦੇ, ਇਹ ਕਹਾਣੀਆਂ ਦਾ ਸਮੂਹ ਹੈ। ਔਰ ਉਹ ਚੀਜ਼ਾਂ ਜਿਹੜੀਆਂ ਮੈਂ ਵੇਖੀਆਂ, ਕਿਉਂਕਿ ਉਹ ਜਿਹੜੀ ਮੇਰੀ ਡਾਕੂਆਂ ਦਾ ਮੁੰਡਾ ਪਹਿਲੀ ਕਿਤਾਬ ਸੀ, ਸਿਰਫ ਮੇਰੇ 'ਤੇ ਕੇਂਦਰਿਤ ਸੀ। ਮੈਂ ਆਸੇ ਪਾਸੇ ਸਾਰੇ ਕਿਰਦਾਰ ਛੱਡ ਕੇ ਸੰਖੇਪ ਦੇ ਵਿੱਚ ਇੰਟਰੋਡਿਊਸ ਕਰਵਾ ਕੇ, ਉਹਨਾਂ ਦੀ ਜਾਣ ਪਛਾਣ ਕਰਵਾ ਕੇ, ਬਾਅਦ ਦੇ ਵਿੱਚ ਖੁਦ ਨੂੰ ਆਪ ਸਾਰਾ ਕੁਛ ਮੁਕਾਮ ਦੇ ਕੇ ਖਤਮ ਕਰ ਦਿੱਤੀ। ਹੁਣ ਜਿਹੜੇ ਨਾਲ ਛੁੱਟ ਗਏ ਸੀ ਮੇਰੇ, ਬਹੁਤ ਸਾਰੇ ਜਿਹੜੇ ਆਪਣੇ ਦੋਸਤ ਸੀਗੇ ਨਜ਼ਦੀਕ ਦੇ, ਉਹ ਕਹਿੰਦੇ ਯਾਰ ਫਲਾਣੇ ਬੰਦੇ ਨਾਲ ਵੀ ਤਾਂ ਆਪਣੇ ਨਾਲ ਇੱਦਾਂ ਹੋਈ ਸੀ, ਫਲਾਣੇ ਘਰ ਨਾਲ ਵੀ ਤਾਂ ਆਹੀ ਹੋਇਆ ਸੀ ਯਾਰ। ਉਹ ਵੀ ਚੀਜ਼ਾਂ ਪਹੁੰਚਾ ਲੋਕਾਂ ਤੱਕ, ਤੇਰੀ ਗੱਲ ਸੁਣਦੇ ਆ। ਤਾਂ ਮੇਰੇ ਮਨ ਦੇ ਵਿੱਚ ਪਿਛਲੇ 1 ਸਾਲ ਤੋਂ ਸੀਗਾ ਇਹ ਕਿ ਉਹ ਜਿਹੜੇ ਲੋਕ ਸੀਗੇ ਜਿਨ੍ਹਾਂ ਦੀ ਬਰਬਾਦੀ ਮੈਂ ਦੇਖੀ, ਜਾਂ ਜਿਨ੍ਹਾਂ ਦੇ ਨਾਲ ਮੈਂ ਹਿੱਸੇਦਾਰ ਸੀਗਾ ਉਹਨਾਂ ਤਬਾਹੀਆਂ 'ਚ ਜਾਂ ਕੰਮਾਂ 'ਚ, ਤਾਂ ਉਹ ਚੀਜ਼ਾਂ ਜਿਹੜੀਆਂ ਉਹ ਵੀ ਕਿਤਾਬ ਦੇ ਰੂਪ 'ਚ ਦੇਵਾਂ। ਤਾਂ ਜਦੋਂ ਮੈਂ ਕਿਤਾਬ ਲਿਖ ਰਿਹਾ ਸੀਗਾ ਤਾਂ ਉਦੋਂ ਹੀ ਪ੍ਰੋਡਕਸ਼ਨ ਹਾਊਸ ਵਾਲਿਆਂ ਨੇ ਕਹਿਤਾ ਸੀਗਾ ਕਿ ਸਾਨੂੰ ਇੱਦਾਂ ਦੀ ਇੱਕ ਫਿਲਮ ਚਾਹੀਦੀ ਆ, ਇੱਦਾਂ ਦੀ ਇੱਕ ਕਹਾਣੀ ਚਾਹੀਦੀ ਆ ਜਿਹੜੀ ਬਿਲਕੁਲ ਹਕੀਕੀ ਹੋਵੇ। ਤਾਂ ਇੱਕ ਨਹੀਂ ਚਾਹੀਦੀ, ਉਹਨਾਂ ਨੇ ਕਿਹਾ ਕਿ ਸਾਨੂੰ ਕਹਾਣੀਆਂ ਦਾ ਸਮੂਹ ਚਾਹੀਦਾ, ਇੱਕ ਦੌਰ ਚਾਹੀਦਾ ਸਾਨੂੰ। ਤਾਂ ਫਿਰ ਉਹ ਜਿਹੜੀ ਕਿਤਾਬ ਸੀਗੀ ਉਹ ਖੁੱਲ੍ਹੇ ਰੂਪ ਦੇ ਵਿੱਚ ਮੈਂ ਲਿਖੀ ਆ, ਕਾਫੀ ਲੰਮੀ ਛੋਟੀ ਕਿਤਾਬ ਆ। ਤਾਂ ਉਹਦੇ ਵਿੱਚੋਂ ਸਾਰੇ ਕਿਰਦਾਰ ਤਾਂ ਨਹੀਂ ਸੀ ਚੁੱਕੇ ਜਾ ਸਕਦੇ, ਫਿਰ ਉਹੀ ਸਮੱਸਿਆ ਆ ਜਾਂਦੀ ਆ, ਕਿਉਂਕਿ ਉਹਦੇ 'ਚ 30-35 ਕਹਾਣੀਆਂ ਨੇ ਲਗਭਗ। ਤਾਂ ਉਹਦੇ ਵਿੱਚੋਂ ਕੁਛ ਕਹਾਣੀਆਂ ਜਿਹੜੀਆਂ ਇਹਨਾਂ ਨੂੰ ਅੱਛੀਆਂ ਲੱਗੀਆਂ, ਜਿਹਦੇ ਵਿੱਚ ਇੱਕ ਤੁਸੀਂ ਦੇਖਿਆ ਹੀ ਆ ਜੱਗਾ ਬਾਕਸਰ, ਨੈਸ਼ਨਲ ਲੈਵਲ ਦਾ ਉਹ ਮੁੱਕੇਬਾਜ਼ ਸੀਗਾ, ਤਾਂ ਬਾਅਦ ਦੇ ਵਿੱਚ ਉਹ ਬੰਦਾ ਜ਼ੀਰੋ ਹੋ ਗਿਆ, ਫਿਰ ਅੱਜ ਦੀ ਤਰੀਕ ਦੇ ਵਿੱਚ ਉਹ ਬੰਦਾ ਸਮਾਜ 'ਚ ਸਟੈਬਲਿਸ਼ ਹੈ। ਤਾਂ ਇਸ ਤਰ੍ਹਾਂ ਦੇ ਕਿਰਦਾਰ ਨੇ। ਸੋ ਕਹਿ ਸਕਦੇ ਹਾਂ ਕਿ ਇਹ ਉਸ ਫਿਲਮ ਤੋਂ ਜਾਂ ਉਸ ਕਿਤਾਬ ਤੋਂ ਹਟ ਕੇ ਆ, ਕਿਉਂਕਿ ਇਹਦੇ ਵਿੱਚ ਜਿਹੜੇ ਪਰਿਵਾਰ ਆ ਉਹ ਬੜੇ ਖੁੱਲ੍ਹ ਕੇ ਦਿਖਾਇਆ ਕਿੱਦਾਂ ਉਹ ਪ੍ਰਭਾਵਿਤ ਹੁੰਦੇ ਇਸ ਚੀਜ਼ ਤੋਂ। ਔਰ ਦੂਜੀ ਚੀਜ਼ ਇਹ ਆ ਕਿ ਔਰਤਾਂ ਉਹ ਕਿਸ ਤਰ੍ਹਾਂ ਪ੍ਰਭਾਵਿਤ ਹੁੰਦੀ ਆ, ਉਹਨਾਂ ਦੀ ਲਾਈਫ ਕਿਸ ਤਰ੍ਹਾਂ ਜਿਹੜੀ ਆ ਬਿਲਕੁਲ ਤਬਾਹ ਹੋ ਜਾਂਦੀ ਆ। ਫਿਰ ਤੀਜੀ ਚੀਜ਼ ਜਿਹੜੀ ਇਹਦੇ ਵਿੱਚ ਇੱਕ ਵੱਖਰੀ ਹੈ ਉਹ ਇਹ ਆ ਕਿ ਅਸੀਂ ਕਾਰਨ ਲੱਭੇ ਆ ਕਿ ਵਜ੍ਹਾ ਕੀ ਰਹਿੰਦੀ ਆ, ਕਿਸੇ ਦਾ ਕੋਈ ਸ਼ੌਂਕ ਵਜ੍ਹਾ ਬਣਦਾ, ਕਿਸੇ ਦੇ ਕੋਈ ਸਾਜਿਸ਼ ਵਜ੍ਹਾ ਬਣਦੀ ਹੈ, ਕਿਸੇ ਦੇ ਮਿੱਤਰ ਵਜ੍ਹਾ ਬਣਦੇ ਆ। ਔਰ ਸਾਡੀ ਫਿਲਮ ਦੇ ਵਿੱਚ ਇੱਕ ਕਿਰਦਾਰ ਇਸ ਤਰ੍ਹਾਂ ਦਾ ਜਿਹਨੂੰ ਨਾ ਸਮਾਜ ਨੇ ਮਾਰਿਆ ਨਾ ਸਰਕਾਰ ਨੇ ਮਾਰਿਆ, ਆਪਦੇ ਪਰਿਵਾਰ ਨੇ ਮਾਰਤਾ। ਜੀ, ਕੀ ਬਾਤ ਹੈ। ਅੱਛਾ ਮਿੰਟੂ ਭਾਅ ਜੀ, ਇੱਕ ਹੋਰ ਸਵਾਲ ਮੇਰੇ ਅਕਸਰ ਜਿੰਨਾ ਵੀ ਮੈਂ ਤੁਹਾਨੂੰ ਪੜ੍ਹਿਆ ਮੇਰੇ ਜ਼ਹਿਨ 'ਚ ਆਉਂਦਾ, ਜਦੋਂ ਤੁਸੀਂ ਇਹ ਡਿਸਾਈਡ ਕਰ ਲਿਆ ਕਿ ਮੈਂ ਰਾਈਟਰ ਬਣ ਕੇ ਆਪਣੀ ਕਹਾਣੀ ਲੋਕਾਂ ਦੇ ਸਾਹਮਣੇ ਲੈ ਕੇ ਆਊਂਗਾ, ਤੁਸੀਂ ਆਪਣਾ ਬੜਾ ਕੌੜਾ ਸੱਚ ਸਾਹਮਣੇ ਲਿਆਉਂਦਾ, ਕੁਝ ਲੋਕ ਇਹ ਸਾਹਮਣੇ ਲਿਆਉਣ ਦੀ ਹਿੰਮਤ ਨਹੀਂ ਰੱਖਦੇ, ਕਦੇ ਇਹ ਖਿਆਲ ਨਹੀਂ ਮਨ 'ਚ ਆਇਆ ਕਿ ਯਾਰ ਕੀ ਮੈਨੂੰ ਲੋਕ ਪੋਜ਼ਿਟਿਵਲੀ ਹੁਣ ਐਕਸੈਪਟ ਕਰ ਪਾਉਣਗੇ, ਭਾਵੇਂ ਮੈਂ ਰਾਈਟਰ ਬਣ ਗਿਆ, ਕਿਤਾਬ ਲਿਖ ਕੇ ਸੱਚ ਵੀ ਲਿਖਤਾ, ਪਰ ਕਦੇ ਡਰ ਨਹੀਂ ਆਉਂਦਾ ਸੀ ਕਿ ਲੋਕਾਂ ਨੇ ਜੇ ਇਹ ਸੱਚ ਜਾਣ ਕੇ ਮੈਨੂੰ ਫਿਰ ਵੀ ਐਕਸੈਪਟ ਨਾ ਕੀਤਾ? ਫਿਰ ਨਹੀਂ, ਇਹ ਮੈਨੂੰ ਡਰ ਪਾਇਆ ਗਿਆ ਸੀਗਾ,
ਮੈਨੂੰ ਪਾਇਆ ਗਿਆ ਸੀਗਾ ਦੋਸਤਾਂ ਮਿੱਤਰਾਂ ਵੱਲੋਂ ਕਿ ਯਾਰ ਚੱਲ ਤੂੰ ਚੰਗੀ ਰੋਟੀ ਖਾਣ ਲੱਗਿਆ, ਹੁਣ ਤੂੰ ਛੱਡ ਖੜਾ, ਤੂੰ ਕੀ ਲੈਣਾ ਆਪਦਾ ਟਮਟਮਾ ਚਲਾ। ਬਿਲਕੁਲ। ਮੈਂ ਕਿਹਾ ਨਹੀਂ ਯਾਰ ਦੇਖੋ ਕੁਛ ਚੀਜ਼ਾਂ ਹੁੰਦੀਆਂ ਤੁਸੀਂ ਆਪਣੇ ਸਕੂਨ ਵਾਸਤੇ ਕਰਦੇ ਹੋ, ਕੁਛ ਚੀਜ਼ਾਂ ਹੁੰਦੀਆਂ ਪੈਸੇ ਵਾਸਤੇ ਤੁਹਾਨੂੰ ਕਰਨੀਆਂ ਪੈਂਦੀਆਂ। ਜੇ ਮੈਂ ਫਿਲਮਾਂ 'ਚ ਕੰਮ ਕਰਦਾ ਮੰਨ ਲਓ ਅੱਜ ਦੀ ਤਾਰੀਖ ਦੇ ਵਿੱਚ, ਤਾਂ ਇਹਦੇ ਨਾਲ ਮੇਰਾ ਰੁਜ਼ਗਾਰ ਵੀ ਜੁੜਿਆ। ਮੈਂ ਐਵੇਂ ਕਹਾਂ ਕਿ ਮੈਂ ਇਕੱਲੀ ਸਮਾਜ ਸੇਵਾ ਕਰਦਾ, ਉਹ ਝੂਠ ਹੈ, ਉਹ ਕੂੜ ਹੈ। ਪਰ ਕਿਸੇ ਮੌਕੇ 'ਤੇ ਜਾ ਕੇ ਤੁਸੀਂ ਇਹ ਕਹਿੰਦੇ ਯਾਰ ਚਲੋ ਦਾਣਾ ਪਾਣੀ ਤਾਂ ਹੈ ਹੀ ਆ, ਨਾਲ ਆਪਾਂ ਇੱਕ ਚੀਜ਼ ਇਹੋ ਜਿਹੀ ਵੀ ਦਈਏ ਸਮਾਜ ਨੂੰ, ਚਲੋ ਘੱਟੋ ਘੱਟ ਕੋਈ ਇੱਕ ਬੰਦਾ ਜਿਹੜਾ ਉਹਦੇ ਤੋਂ ਪ੍ਰਭਾਵਿਤ ਹੋਵੇ ਜਾਂ ਉਹਦੇ ਤੋਂ ਸੇਧ ਲੈ ਸਕੇ। ਤਾਂ ਮੈਨੂੰ ਵੀ ਡਰ ਪਾਇਆ ਗਿਆ ਸੀਗਾ ਕਿ ਤੂੰ ਬਣੀ ਬਣਾਈ ਰੋਟੀ 'ਚ ਲੱਤ ਮਾਰੇਗਾ ਆਪਣੀ 'ਚ, ਪਰ ਮੈਂ ਕਿਹਾ ਨਹੀਂ ਯਾਰ ਕੱਲ੍ਹ ਨੂੰ ਕੋਈ ਸਵਾਲ ਕਰੇ ਉਸ ਤੋਂ ਪਹਿਲਾਂ ਕਿ ਮੈਂ ਲੋਕਾਂ ਨੂੰ ਦੱਸ ਦੇਵਾਂ। ਤਾਂ ਮੈਂ ਇੱਕ ਆਰਟੀਕਲ ਲਿਖਿਆ ਸੀਗਾ, ਉਦੋਂ ਮੈਂ ਨਵਾਂ ਜ਼ਮਾਨਾ 'ਚ ਕੰਮ ਕਰਦਾ ਹੁੰਦਾ ਸੀਗਾ, ਇੱਕ ਆਰਟੀਕਲ ਲਿਖਿਆ ਸੀ ਪਿਸਤੌਲ ਤੋਂ ਪੁਸਤਕ ਤੱਕ ਦਾ ਸਫ਼ਰ। ਤਾਂ ਉਸ ਆਰਟੀਕਲ ਨੂੰ ਪੜ੍ਹ ਕੇ ਬਹੁਤ ਸਾਰੇ ਫੋਨ ਆਏ, ਤਾਂ ਉਦੋਂ ਮੈਨੂੰ ਬਹੁਤ ਸਾਰੇ ਬੁੱਧੀਜੀਵੀ ਜਿਹੜੇ ਲੇਖਕ ਸੀ ਉਹਨਾਂ ਕਿਹਾ ਕਿ ਯਾਰ ਕਿਤਾਬ ਲਿਖਣੀ ਚਾਹੀਦੀ ਹੈ, ਤਾਂ ਦੇਰ ਨਾ ਕਰ। ਤਾਂ ਫਿਰ ਮੇਰਾ ਹੌਸਲਾ ਥੋੜ੍ਹਾ ਵਧਿਆ, ਮੈਂ ਕਿਤਾਬ ਲਿਖੀ। ਬਾਕੀ ਦੂਜੀ ਚੀਜ਼ ਇਹ ਆ ਕਿ ਉਹ ਕਹਿੰਦੇ ਹੁੰਦੇ ਨਾ ਕਿ ਸਭਸੇ ਬੜਾ ਰੋਗ ਕਿ ਕਿਆ ਕਹੇਗੇ ਲੋਕ। ਬਿਲਕੁਲ, ਡੈਫੀਨੇਟ। ਮੈਂ ਇਸ ਚੀਜ਼ ਨੂੰ ਕਦੇ ਨਹੀਂ ਲੈ ਕੇ ਚੱਲਦਾ ਕਿ ਲੋਕ ਕੀ ਕਹਿਣਗੇ। ਮੈਂ ਕਹਿੰਦਾ ਕਿ ਜੋ ਮੇਰੇ ਮਨ 'ਚ ਆਇਆ ਉਹ ਮੈਂ ਕਰਨਾ ਹੈ, ਉਹਦਾ ਨਤੀਜਾ ਕੀ ਨਿਕਲਦਾ, ਲੋਕ ਪਸੰਦ ਕਰਦੇ ਨਾ ਪਸੰਦ ਕਰਦੇ ਆ ਉਹ ਮੈਂ ਉਹਨਾਂ 'ਤੇ ਛੱਡ ਦੇਣਾ। ਮੈਂ ਆਪਣੇ ਅੰਦਰ ਦਾ ਵਿਚਾਰ ਕਦੇ ਮਰ ਨਹੀਂ ਦੇਣਾ। ਜੇ ਮੰਨ ਲਓ ਕੱਲ੍ਹ ਨੂੰ ਮੈਨੂੰ ਇਹ ਵਿਚਾਰ ਫੁਰਦਾ ਕਿ ਮੈਨੂੰ ਯਾਰ ਕੁਛ ਨਵਾਂ ਕਰਨਾ ਚਾਹੀਦਾ, ਮੈਂ ਅੱਜ ਇੱਥੇ ਹਾਂ, ਮੰਨ ਲਓ ਅੱਗੇ ਮੈਨੂੰ ਤੋਰਿਆ ਜਾਂਦਾ ਕਿਸੇ ਹੋਰ ਖੇਤਰ ਦੇ ਵਿੱਚ, ਮੈਨੂੰ ਚੰਗਾ ਲੱਗਦਾ, ਚੰਗਾ ਮੌਕਾ ਮਿਲਦਾ, ਮੈਂ ਇੱਥੋਂ ਵੀ ਅੱਗੇ ਤੁਰ ਜਾਊਂਗਾ, ਮੈਂ ਲਕੀਰ ਦਾ ਫਕੀਰ ਨਹੀਂ ਹਾਂ। ਤੁਸੀਂ ਹੁਣ ਤੱਕ ਜੋ ਲਿਖਿਆ ਤੁਸੀਂ ਆਲੇ ਦੁਆਲੇ ਦੇਖਿਆ ਜਾਂ ਉਹਦੇ ਵਿੱਚ ਵਿਚਰੇ, ਹੁਣ ਇੰਡਸਟਰੀ ਤੁਹਾਨੂੰ ਬਾਹਰੋਂ ਕੋਈ ਔਫਰ ਨਹੀਂ ਦਿੰਦੀ ਕਿ ਯਾਰ ਮਿੰਟੂ ਸਾਨੂੰ ਇੱਦਾਂ ਦੀ ਕੋਈ ਸਟੋਰੀ ਲਿਖ ਕੇ ਦੇ ਦੇ, ਕਿਉਂਕਿ ਹੁਣ ਤੁਸੀਂ ਮੰਨੇ ਪਰਮੰਨੇ ਰਾਈਟਰ ਬਣ ਚੁੱਕੇ ਹੋ, ਕੋਈ ਲੀਕ ਤੋਂ ਹਟ ਕੇ ਜਾਂ ਅਲੱਗ ਤੋਂ ਕੋਈ ਕਿਸੇ ਨੇ ਕਿਹਾ ਹੋਣਾ ਕਿ ਯਾਰ ਆਹ ਸਾਡਾ ਟੌਪਿਕ ਆ ਮਿੰਟੂ ਤੂੰ ਡਿਵੈਲਪ ਕਰਕੇ ਸਾਨੂੰ ਦੇ, ਅਸੀਂ ਫਿਲਮ ਬਣਾਉਣੀ ਆ। ਨਹੀਂ ਇਹਦੇ 'ਚ ਦੇਖੋ ਹੁਣ ਆਹ ਮੌਕਾ ਮਿਲਿਆ ਜੀ, ਆਹ ਮੌਕਾ ਮਿਲਿਆ ਮੈਨੂੰ, ਇਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਚੈਲੰਜ ਦਿੱਤਾ ਗਿਆ ਸੀਗਾ ਕਿ ਲੀਕ ਤੋਂ ਹਟ ਕੇ ਕੰਮ ਕਰਨਾ। ਮੈਂ ਕਰਨ ਦਾ ਯਤਨ ਵੀ ਕੀਤਾ, ਬਾਕੀ ਮੋਹਰ ਅਸਲੀ ਤੁਸੀਂ ਲਾਉਣੀ ਹੈ, ਉਹਦੇ 'ਚ ਸਫਲਤਾ ਕਿੰਨੀ ਹੈ, ਸਫਲਤਾ ਕਿੰਨੀ ਹੈ। ਚੈਲੰਜ ਲਿਆ, ਡਾਇਲੋਗ ਲਿਖੇ ਮੈਂ ਪਹਿਲੀ ਦਫ਼ਾ ਇਹਦੇ 'ਚ, ਔਰ ਤੁਸੀਂ ਡਾਇਲੋਗ ਸੁਣ ਕੇ ਫਿਰ ਦੱਸਣਾ। ਡਾਇਲੋਗ ਟੀਮ ਦੇ ਵਿੱਚ ਮੈਂ ਹਿੱਸਾ ਲਿਆ, ਕਿਉਂਕਿ ਤਕਨੀਕੀ ਤੌਰ 'ਤੇ ਮੈਂ ਮੁਹਾਰਤ ਨਹੀਂ ਰੱਖਦਾ ਜਿਹੜੀ ਗੱਲ ਹੈ, ਤਾਂ ਮੈਂ ਇੱਕ ਐਜ਼ ਐਨ ਕਰੀਏ ਜੂਨੀਅਰ ਮੈਂ ਕੰਮ ਕੀਤਾ, ਡਾਇਲੋਗ ਟੀਮ ਨਾਲ ਵੀ ਕੰਮ ਕੀਤਾ, ਸਕ੍ਰਿਪਟ ਰਾਈਟਿੰਗ ਵੀ ਥੋੜ੍ਹੀ ਥੋੜ੍ਹੀ ਸਿੱਖੀ ਆ। ਤਾਂ ਜੇ ਇਨ ਫਿਊਚਰ ਭਵਿੱਖ ਦੇ ਵਿੱਚ ਕੋਈ ਮੈਨੂੰ ਪੇਸ਼ਕਸ਼ ਆਉਂਦੀ ਆ ਤਾਂ ਦੇਖੋ ਜ਼ਰੂਰ ਕਰੂੰਗਾ, ਪਰ ਮੈਂ ਇੱਕ ਇੱਕ ਵਾਅਦਾ ਕਰਦਾ, ਖੁੱਲ੍ਹੇ ਰੂਪ ਦੇ ਵਿੱਚ ਵਾਅਦਾ ਕਰਦਾ ਕਿ ਦੇਖੋ ਦਾਣਾ ਪਾਣੀ ਜ਼ਰੂਰ ਤਾਂ ਪੇਟ ਦੀ, ਬਿਲਕੁਲ, ਪਰ ਮੈਂ ਦਾਣਾ ਪਾਣੀ ਵਾਸਤੇ ਕਦੇ ਸਮਝੌਤਾ ਨਹੀਂ ਕਰੂੰਗਾ, ਚਾਹੇ ਮੈਨੂੰ ਆਲੂ ਵੇਚਣੇ ਪੈਣ, ਗੰਢੇ ਵੇਚਣੇ ਪੈਣ, ਮੈਨੂੰ ਆਪਣੇ ਘਰ ਦੇ ਵਿੱਚ ਆਪਣੇ ਖੇਤ ਦੇ ਵਿੱਚ ਕੰਮ ਕਰਨਾ ਪਵੇ, ਮੈਨੂੰ ਕੋਈ ਸਮੱਸਿਆ ਨਹੀਂ ਹੈ, ਮੈਂ ਸਾਰੇ ਕੰਮ ਕੀਤੇ ਹੋਏ ਆ। ਜਿਹੜੇ ਬੰਦੇ ਨੇ ਟੇਸ਼ਨਾਂ ਤੋਂ ਚੱਕ ਚੱਕ ਕੇ ਬੀੜੀਆਂ ਪੀਤੀਆਂ ਉਹਦੇ ਲਈ ਕੋਈ ਕੰਮ ਮਾਇਨਾ ਨਹੀਂ ਰੱਖਦਾ, ਤਾਂ ਮੈਂ ਸਾਰਾ ਕੰਮ ਕਰ ਲਊਂਗਾ, ਪਰ ਇਹ ਨਹੀਂ ਹੈ ਮੈਂ ਜੋ ਵੀ ਕੰਮ ਕਰੂੰਗਾ, ਮੰਨ ਲਓ ਕੋਈ ਮੈਨੂੰ ਪੇਸ਼ਕਸ਼ ਆਉਂਦੀ ਹੈ ਉਹਦੇ ਵਿੱਚ ਮੈਂ ਇੱਕੋ ਚੀਜ਼ ਰੱਖੂੰਗਾ, ਇੱਕੋ ਸ਼ਰਤ ਰੱਖੂੰਗਾ ਕਿ ਜੋ ਮਰਜ਼ੀ ਕਰ ਲਾ, ਜੋ ਮਰਜ਼ੀ ਕਰਵਾ ਲਾ, ਪਰ ਕੁਛ ਨਾ ਕੁਛ ਸਮਾਜ ਨੂੰ ਦੇਣਾ ਹੈ। ਜੇ ਉਹ ਤੇਰੇ ਕੋਲ ਨਹੀਂ ਹੈ, ਤੇਰੇ ਕੋਲ ਇਸ ਤਰ੍ਹਾਂ ਦਾ ਨਹੀਂ ਹੈ ਭਾਈ ਫਾਰਮੈਟ, ਫਿਰ ਮੈਂ ਉਹਦੇ 'ਚ ਫਿੱਟ ਨਹੀਂ ਬੈਠਾ। ਭਾਅ ਜੀ ਆਖਰੀ ਸਵਾਲ, ਤੁਸੀਂ ਅੱਜ ਕਿਤਾਬ ਰਿਲੀਜ਼ ਕੀਤੀ ਹੈ ਸੂਲਾਂ, ਕਿੰਨਾ ਰਿਲੀਜ਼ ਮੇਰੀ ਘਰਦੀ ਨੇ ਕਰਤੀ ਸਵੇਰੇ, ਅਤੇ ਕਿਤਾਬ ਮਾਰਕੀਟ 'ਚ 20 ਤਰੀਕ ਦੀ ਆਈ ਹੋਈ ਆ, ਇਹ ਇੱਕ ਰਸਮ ਪੂਰਤੀ ਹੈ। ਚਲੋ ਵਧੀਆ ਗੱਲ ਹੈ ਜੀ, ਦੋਵੇਂ ਕੰਮ ਇਕੱਠੇ ਹੋ ਗਏ। ਆਖਰੀ ਸਵਾਲ, ਕਿੰਨਾ ਕੁ ਹਿੱਸਾ ਕਿਤਾਬ ਦਾ ਫਿਲਮ 'ਚ ਜਾਂ ਫਿਲਮ ਅਤੇ ਕਿਤਾਬ ਦੇ ਵਿੱਚ ਕੋਈ ਸੁਮੇਲ ਹੈਗਾ ਜਾਂ ਅਲੱਗ ਹੋਊਗਾ ਕੁਛ? ਨਹੀਂ ਦੇਖੋ ਯੋਗੇਸ਼ ਵੀਰੇ,
20 ਸਾਲ ਦੀ ਜਰਨੀ ਮੈਂ ਜਿਵੇਂ ਅੱਗੇ ਤੁਹਾਨੂੰ ਕਿਹਾ, 308 ਪੰਨਿਆਂ ਦੀ ਕਿਤਾਬ, 35-40 ਕਹਾਣੀਆਂ, ਹਰੇਕ ਕਿਰਦਾਰ ਨੂੰ ਫਿਰ ਤੁਸੀਂ ਲੈ ਕੇ ਆਉਣਾ ਲੈਬਦ ਤਰੀਕੇ ਨਾਲ, ਬਹੁਤ ਮੁਸ਼ਕਲ ਹੈ। ਮਤਲਬ ਤੁਹਾਡੀ ਕਿਤਾਬ ਇੱਕ ਅਲੱਗ ਚੀਜ਼ ਹੈ, ਫਿਲਮ ਇੱਕ ਅਲੱਗ ਚੀਜ਼ ਹੈ? ਨਹੀਂ, ਉਹਦੇ ਨਾਲ ਆ, ਉਹਦੇ ਨਾਲ ਆ, ਪਰ ਤਰਤੀਬ ਬੱਤਾਂ ਵਾਸਤੇ ਕੁਛ ਬਦਲਾਅ ਕਰਨੇ ਪੈਂਦੇ ਆ। ਓਕੇ, ਮਤਲਬ ਕਿ ਹੁਣ ਜਿੱਦਾਂ ਲਾ ਲਓ ਇੱਕ ਕਰੈਕਟਰ ਦਾ ਜਿਹੜਾ ਉਹਦਾ ਕਾਲ ਹੈ, ਸਮਾਂ ਕਾਲ ਆ, ਉਹ 2004 ਹੈ, ਤਾਂ ਹੁਣ ਅਸੀਂ ਫਿਲਮ ਜਿਹੜੀ ਲਿਆ ਰਹੇ ਹਾਂ, ਮੰਨ ਲਓ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਰਿਹਾ, ਉਹ ਤੁਸੀਂ 2006 'ਚ ਫਿਲਮਾਉਣੀ ਹੈ, ਉਹ ਦਿਖਾਉਣਾ, ਤਾਂ ਤੁਹਾਨੂੰ ਫਿਰ ਉਹ ਕਿਰਦਾਰ ਹੈ ਜਿਹੜਾ 2 ਸਾਲ ਅੱਗੇ ਤੋਰਨਾ ਪਊਗਾ, ਲਿਆਉਣਾ ਪਏਗਾ। ਸੋ ਇਹ ਬਦਲਾਅ ਇਸ ਤਰ੍ਹਾਂ ਦੇ ਆ, ਬਾਕੀ ਸਾਰੀ ਕਹਾਣੀ ਹੈ ਜਿਹੜੀ ਉਸ ਕਿਤਾਬ 'ਚੋਂ ਹੀ ਲਈ ਗਈ ਆ, ਪ੍ਰੇਰਿਤ ਹੈ ਬਿਲਕੁਲ, ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਸਾਰੀ ਫਿਕਸ਼ਨ ਵਾਲਾ ਹੈ। ਹਾਂ, ਕੁਛ ਟਰੈਕ ਨੂੰ ਜੋੜਨ ਵਾਸਤੇ ਤੁਹਾਨੂੰ ਪਤਾ ਹੀ ਹੈ ਕਿ ਫਿਕਸ਼ਨਲ ਕ੍ਰੀਏਟੀਵਿਟੀ ਹੈ ਜਿਹੜੀ ਉਹ ਕੀਤੀ ਜਾਂਦੀ ਹੈ, ਉਹ ਫਿਲਮ ਦੀ ਮੰਗ ਹੁੰਦੀ ਹੈ। ਸੋ ਬਾਕੀ ਫਿਲਮ ਜਿਹੜੀ ਹੈ ਉਹ ਅਸਲ ਕਹਾਣੀਆਂ ਤੋਂ, ਅਸਲ ਜ਼ਿੰਦਗੀਆਂ ਤੋਂ ਪ੍ਰੇਰਿਤ ਹੈ। ਕਿਆ ਬਾਤ ਹੈ ਜੀ। ਸੋ ਇਹ ਸੀ ਮੇਰੇ ਨਾਲ ਬਾਈ ਮਿੰਟੂ ਗੁਰੂਸਰੀਆ, ਜਿਨ੍ਹਾਂ ਦੀ ਲਿਖੀਆਂ ਹੋਈਆਂ ਅਸੀਂ ਕਈ ਫਿਲਮਾਂ ਦੇਖੀਆਂ ਨੇ ਜੀ। ਸੋ ਇੱਕ ਨਵੀਂ ਫਿਲਮ ਜ਼ਿੰਦਗੀ ਜ਼ਿੰਦਾਬਾਦ ਇਹਨਾਂ ਨੇ ਲਿਖੀ ਹੈ। ਸੋ ਆਪਾਂ ਨੂੰ ਇੰਤਜ਼ਾਰ ਹੈ ਜੀ, ਨਿੰਜਾ ਬਾਈ ਲੀਡ ਕਰੈਕਟਰ ਕਰ ਰਹੇ ਨੇ, ਨਸ਼ਿਆਂ 'ਤੇ ਇੱਕ ਹੋਰ ਕੋਨਸੈਪਟ ਲੈ ਕੇ ਆ ਰਹੇ ਨੇ ਜੀ। ਸੋ ਇੰਤਜ਼ਾਰ ਹੈ ਜੀ ਕਦੋਂ ਫਿਲਮ ਆਉਂਦੀ ਹੈ। ਸੋ ਇਸ ਖਾਸ ਮੁਲਾਕਾਤ ਦੇ ਵਿੱਚ ਇੰਨਾ ਹੀ, ਜੁੜੇ ਰਹਿਣਾ ਪੰਜਾਬੀ ਡਿਸ਼ਨ ਨਾਲ।